ਮਿਹਨਤ ਕੀ ਚੀਜ਼ ਆ, ਕਿਹੜੀ ਸ਼ੈ ਦਾ ਨਾਮ ਹੈ ਬਾਈ ਬਾਜੀ? ਉਹਦੇ ਵੀ ਰਿਕੁਐਸਟ ਹੈ, ਬੇਨਤੀ ਕੀਤੀ ਹੈ ਬਾਈ ਵੀ, ਵੱਡੇ ਭਰਾਵਾਂ ਅੱਗੇ ਰਿਕੁਐਸਟ ਹੀ ਹੁੰਦੀ ਆ, ਪਹਿਲਾਂ ਬੋਲ ਲਿਓ ਤੇ ਫਿਰ ਆਪਾਂ ਜਿਹੜੀ ਹੈ ਉਹ ਟੀ ਸ਼ਰਟ ਲਾ ਕੇ ਸਾਰੀ ਦੁਨੀਆਂ ਨੂੰ ਦਿਖਾਉਣਾ ਵੀ 45 ਸਾਲ ਦਾ ਬੰਦਾ ਕਿਵੇਂ 25 ਸਾਲ ਦਾ ਲੱਗਦਾ। ਇਹ ਮਿਹਨਤ ਦੱਸੂਗੀ, ਵੈਸੇ ਤਾਂ ਸਰੀਰ ਤੇ ਦੱਸ ਹੀ ਰਿਹਾ, ਪਰ ਜੇ ਉਹ ਟੀ ਸ਼ਰਟ ਲਊਗੀ ਤੇ ਫਿਰ ਗੱਲਾਂ ਬਾਜੀ ਜਾਂਦੀ। ਹਾਂ ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਆ ਜੀ, ਆਪਾਂ ਤਾਂ ਸਿੱਧੇ ਹੀ ਚੰਟਾ ਤੁਹਾਡੇ ਅੱਗੇ ਭਰਾ ਬਾਈ, ਏਦਾਂ ਦੋ ਤਿੰਨ ਚੀਜ਼ਾਂ ਨੇ, ਹੈ ਨੀ, ਦੋ ਤਿੰਨ ਚੀਜ਼ਾਂ ਨੇ, ਡਰਾਗਾ ਡੋਪ ਵਾਲਾ ਮਾਂ ਵਾ। ਆਹ ਵਧੀਆ ਲੱਗਦਾ ਵੀ ਮੁੰਡਿਆਂ ਦੇ ਲੱਗਿਆ ਨੀ ਹੋਇਆ ਕੁਛ, ਆਹ ਸਵਾਦ ਦੀ ਗੱਲ ਆ ਨਾ। ਤੁਸੀਂ ਵੀ ਰੌਲਾ ਪਾਇਆ ਕਰੋ ਜਿਹੜੇ ਦੇਖਣ ਵਾਲੇ ਆਉਂਦੇ ਹੋ, ਆਪਦੀ ਗੱਲ ਰੱਖਿਆ ਕਰੋ, ਠੀਕ ਆ। ਕਮੇਟੀਆਂ ਵਾਲੇ ਵੀ ਰੱਖਿਆ ਕਰੋ, ਰੈਪੁਰੀ ਵੀ, ਕੋਈ ਸੀਨੀਅਰ ਆ ਕੋਈ ਜੂਨੀਅਰ ਆ, ਉੱਥੇ ਚੱਲ ਬਈ, ਠੀਕ ਆ ਨਾ। ਮਿੱਟੀ ਲਾਓ ਸਮਾਰ ਕੇ, ਅੱਬਰ ਕਿਤੇ ਖੇਲਣ ਹੀ ਨਾ ਦਓ ਜੇ ਕੋਰਟ ਵੱਢਣਾ ਹੈ, ਠੀਕ ਆ। ਬਾਕੀ ਨੰਬਰ ਦੋ, ਆਪਾਂ ਤਾਂ ਮੂਹਰੇ ਕਿਉਂ ਨੇ ਦੁਆਬੇ ਵਾਲੇ, ਪਲੇਅਰ ਤਾਂ ਮੂਹਰੇ ਨੇ ਵੀਰੇ, ਉਹ 25-25-30-30 ਮਿੰਟ ਦਿੰਦੇ ਆ ਖੇਲਣ ਨੂੰ, ਜੇ ਹੁਣ ਆਪਾਂ ਟਾਈਮ ਘੱਟੋ ਘੱਟ 15-15 ਕਬੱਡੀਆਂ ਚਾਹੀਦੀਆਂ, ਠੀਕ ਆ। ਟੀਮਾਂ ਘੱਟ ਕਰ ਲਓ, ਆਲ ਦੇ ਮੈਚ ਕਰਾ ਲਓ, ਗਰਾਊਂਡ ਦੋ ਕਰ ਲਓ, ਪਰ ਟਾਈਮ ਪਲੇਅਰਾਂ ਨੂੰ ਘੱਟੋ ਘੱਟ 15 ਕੋਟੀਆਂ ਦਿਓ, ਠੀਕ ਆ ਜੀ। ਇੱਕ ਗੇੜੀ ਲੱਗ ਕੇ ਹੈ 5-7 ਨਹੀਂ ਬਣਦੀ ਵੀਰੇ ਗੱਲ, ਆਪਣੀ ਤਾਂ ਜਿਹੜੀ ਦਿਲ ਦੀ ਗੱਲ ਸੀ ਉਹ ਕਹਿਤੀ, ਠੀਕ ਆ। ਪਹਿਰਾ ਦੇਵੋ, ਸਾਰਾ ਕੁਛ ਹੋ ਸਕਦਾ, ਤਕੜੇ ਹੋ ਸਕਦੇ ਹੋ, ਡਰੱਗ ਡਰੁੱਗ ਦਾ ਖਹਿੜਾ ਛੱਡੋ ਡੋਪ ਡਾਪ ਦਾ, ਠੀਕ ਆ, ਤੇ ਡੋਪ ਕਰਕੇ 4 ਸਾਲ ਖੇਡ ਸਕਦਾ, 4 ਸਾਲ ਬਾਅਦ ਆਪ ਤੋਂ ਵੀ ਗਿਆ, ਜਵਾਕਾਂ ਤੋਂ ਵੀ ਗਿਆ, ਬੱਚਿਆਂ ਤੋਂ ਵੀ ਗਿਆ, ਘਰ ਵਾਲੀ ਤੋਂ ਵੀ ਗਿਆ, ਸਾਰੇ ਪਾਸੇ ਗਿਆ, ਠੀਕ ਆ ਨਾ। ਇਹ ਜੇ ਕਾਊਂਟੇ ਤੋਂ ਲੈਣਾ ਕੀ ਆ ਜੇ ਭੈਣ ਤੇ ਭੜੇਪਾ ਹੀ ਰੁੜ ਜਾਵੇ ਬਾਈ, ਠੀਕ ਆ ਜੀ। ਬਾਅਦ ਚ ਫਿਰ ਕੋਈ ਖੁਦਕੁਸ਼ੀ ਕਰਦਾ, ਕੋਈ ਚਿੱਟੇ ਦੇ ਟੀਕੇ ਲਾਉਣ ਲੱਗਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਉਹ ਚੀਜ਼ ਭਾਲਦੇ ਉਹ ਮਿਲਦੀ ਨੀ ਮੁੜ ਕੇ। ਬਸ ਇਹੀ ਹੱਥ ਬੰਨ ਕੇ ਬੇਨਤੀ ਆ, ਖੁਰਾਕ ਖਾਓ, ਐਕਸਰਸਾਈਜ਼ ਕਰੋ, ਤਕੜੇ ਹੋਵੋ ਵੀਰੇ, ਠੀਕ ਆ। ਪਰ ਕਮੇਟੀਆਂ ਨੂੰ ਇਹ ਬੇਨਤੀ ਆ ਬਈ, 20-15 ਲਾਜ਼ਮੀ ਦਿਆ ਕਰੋ, ਚਾਹੇ ਗਰਾਊਂਡ ਦੋ ਬਣਾ ਲਓ, ਆਲ ਦੇ ਮੈਚ ਬਣਾ ਲਓ, ਠੀਕ ਆ, ਪਲੇਅਰ ਖਰਚਾ ਦੇ ਦਿਆ ਕਰੋ, ਬਸ ਪਲੇਅਰ ਵੀ ਸਹਿਯੋਗ ਦੇਣ ਬਾਈ, ਟਾਈਮ ਸਿਰ ਆਇਆ ਕਰੋ, ਆ ਟਾਈਮ ਸਿਰ 11 ਵਜੇ ਸਟਾਰਟ ਕਰੋ ਟੂਰਨਾਮੈਂਟ। ਐ ਆਪਾਂ ਕੀ ਫਾਇਦਾ, ਆਪਾਂ ਟਾਈਮ ਸਿਰ ਕਿਉਂ ਨਹੀਂ ਆਉਂਦੇ? ਆਪਣਾ ਇਹ ਕੰਮ ਆ ਜੀ, ਆਪਾਂ ਕੰਮ ਪ੍ਰਤੀ ਸੁਚੇਤ ਹੀ ਹੈ ਨੀ, 4-5 ਵਜੇ 3 ਵਜੇ ਕਰਾ ਕੇ ਟੂਰਨਾਮੈਂਟ, ਕਮੇਟੀਆਂ ਵਾਲੇ ਵੀ ਕਿਵੇਂ ਖੇਡੋ ਆਪਣਾ ਸਮਾਪਤ ਹੋਊਗਾ, ਘੱਟੋ ਘੱਟ 11 ਵਜੇ ਟੂਰਨਾਮੈਂਟ ਸਟਾਰਟ ਹੋ ਜਾਵੇ, 7 ਵਜੇ ਫਿਨਿਸ਼ ਹੋ ਜਾਵੇ, ਠੀਕ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਤਾਰੀ, ਭਾਬੇ ਨੂੰ ਪਿਆਰ ਕਰਦੇ ਹੋ, ਇਹਦੀ ਗੱਲ ਤੇ ਅਮਲ ਕਰਦੇ ਹੋ, ਤਾਂ ਇੱਕ ਸੌ ਖਾਓ ਇਸ ਗੱਲ ਦੀ ਵੀ ਆਪਾਂ ਕਬੱਡੀ ਟਾਈਮ ਨਾਲ ਸ਼ੁਰੂ ਕਰਵਾ ਕੇ ਟਾਈਮ ਨਾਲ ਸਮਾਪਤ ਕਰਨੀ ਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਵਿਚਾਰ ਸੁਣੇ ਔਰ ਹਾਂ ਰੁਪਿੰਦਰ ਦਰਸ਼ਨ ਕਰਾ ਦੇ ਬਾਡੀ ਦੇ, ਗੱਲ ਹੁਣ ਜੰਡ ਵਾਲਿਆ ਕਰਮ ਵਾਲਿਆਂ ਨੂੰ ਤੇਰਾ ਸਰੀਰ ਦੇਖਣ ਨੂੰ ਮਿਲਦਾ, ਪਤਾ ਬਾਈ ਕੀ ਆ, ਹਜੇ ਯਾਰ ਸੈੱਟ ਨੀ ਹੈਗਾ ਪੂਰਾ।